ਇਹ ਤੁਹਾਡਾ ਸ਼ਬਦ ਹੈ ਤੁਹਾਡੇ ਆਪਣੇ YouTube ਚੈਨਲ ਦੇ ਵਿੱਚ ਜਿਸ ਦਾ ਨਾਮ ਹੈ ਮਿੱਤਜਿੰਦਲ ਪਿਆਰੇ ਵਿਦਿਆਰਥੀਓ ਮਾਸਟਰ ਕਾਰਡਰ ਦੇ ਨਾਲ ਸੰਬੰਧਿਤ ਵੀਡੀਓ ਸੀਰੀਜ਼ ਦੇ ਵਿੱਚ ਅੱਜ ਦੀ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਸਵੈ ਜੀਵਨੀਕਾਰਾਂ ਦੇ ਬਾਰੇ ਇਸ ਤੋਂ ਪਹਿਲਾਂ ਚਾਰ ਵੀਡੀਓ ਅਪਲੋਡ ਕੀਤੀਆਂ ਜਾ ਚੁੱਕੀਆਂ ਨੇ ਅੱਜ ਦੀ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਸਵੈ ਜੀਵਨੀਕਾਰ ਗੁਰਵਖਸ਼ ਸਿੰਘ ਪ੍ਰੀਤ ਲੜੀ ਜੀ ਦੇ ਬਾਰੇ ਗੁਰਵਖਸ਼ ਸਿੰਘ ਜੀ ਬਾਰੇ ਗੱਲ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਸ਼ੁਰੂ ਕਰਦੇ ਹਾਂ ਜੀ ਵੀਡੀਓ ਪਿਆਰੇ ਵਿਦਿਆਰਥੀਓ ਜੇਕਰ ਤੁਸੀਂ ਚੈਨਲ ਦੇ ਨਾਲ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਪਿਤਾ ਦਾ ਨਾਮ ਹੈ ਜੀ ਇਹਨਾਂ ਦਾ ਗੁਰਵਖਸ਼ ਸਿੰਘ ਪ੍ਰੀਤਲੜੀ ਤੇ ਇਹਨਾਂ ਦੇ ਪਿਤਾ ਦਾ ਨਾਮ ਹੈ ਬੱਸ ਤੱਕ ਕਹਾਣੀਕਾਰ ਵਾਲੇ ਭਾਗ ਦੇ ਵਿੱਚ ਵੀ ਆਪਾਂ ਇਹਨਾਂ ਦੇ ਬਾਰੇ ਪੜ ਚੁੱਕੇ ਹਾਂ ਡਿਟੇਲ ਦੇ ਵਿੱਚ ਪੜ ਚੁੱਕੇ ਹਾਂ ਜੇਕਰ ਤੁਸੀਂ ਉਹ ਵੀਡੀਓ ਨਹੀਂ ਦੇਖੀ ਜਾਂ ਤਾਂ ਮਾਸਟਰ ਕਲਾਸ ਦੇ ਸਿਲੇਬਸ ਦੇ ਅਕੋਰਡਿੰਗ ਤੁਸੀਂ ਸਾਰੀ ਵੀਡੀਓ ਇਸ YouTube ਚੈਨਲ ਦੇ ਉੱਪਰ ਦੇਖ ਸਕਦੇ ਹੋ ਪਿਤਾ ਦਾ ਨਾਮ ਹੈ ਇਹਨਾਂ ਦਾ ਸਰਦਾਰ ਪਿਸ਼ੋਰਾ ਸਿੰਘ ਜੀ ਤੇ ਮਾਤਾ ਜੀ ਦਾ ਨਾਮ ਹੈ ਸ਼੍ਰੀਮਤੀ ਮੱਲਨੀ ਜਾਂ ਕਿਤੇ ਮੱਲਨੀ ਕੌਰ ਵੀ ਲਿਖਿਆ ਹੋਇਆ ਮਿਲਦਾ ਹਾਂਜੀ ਜਨਮ ਸਥਾਨ ਇਹਨਾਂ ਦਾ ਸਿਆਲਕੋਟ ਦੇ ਵਿੱਚੋਂ ਐਸੀ ਜੋ ਕਿ ਪਾਕਿਸਤਾਨ ਦੇ ਵਿੱਚ ਹੈ ਜਨਮ ਮੇ ਹੋਇਆ ਸੀ ਇਹਨਾਂ ਦਾ 26 ਅਪ੍ਰੈਲ 1895 ਈਸਵੀ ਦੇ ਵਿੱਚ ਤੇ ਸਵਰਗਵਾਸ ਹੋਇਆ ਸੀ ਜੀ 20 ਅਗਸਤ 1977 ਈਸਵੀ ਦੇ ਵਿੱਚ ਇਸ ਤਰ੍ਹਾਂ ਲਗਭਗ 82 ਸਾਲ ਦੀ ਉਮਰ ਇਹਨਾਂ ਨੇ ਭੋਗੀ ਤੇ ਪੀਤ ਲੜੀ ਰਸਾਲੇ ਦੇ ਮੋਢੀ ਸੰਪਾਦਕ ਰਹੇ ਤੇ ਵਾਰਤਕ ਲਿਖਾਰੀ ਦੇ ਵਜੋਂ ਆਪ ਨੂੰ ਬਹੁਤ ਪ੍ਰਸਿੱਧੀ ਮਿਲੀ ਇੱਥੇ ਇਹਨਾਂ ਦੇ ਬਾਰੇ ਜੀਵਨ ਦੇ ਬਾਰੇ ਛੋਟ ਦੇ ਵਿੱਚ ਦੱਸਿਆ ਗਿਆ ਕਿਉਂਕਿ ਪੂਰਾ ਆਪਾਂ ਨੇ ਜੋ ਕਹਾਣੀਕਾਰ ਵਾਲੇ ਭਾਗ ਦੇ ਵਿੱਚ ਪੜ ਚੁੱਕੇ ਇਹਨਾਂ ਦੇ ਬਾਰੇ ਤੇ ਇਸ ਤੋਂ ਇਲਾਵਾ ਆਪ ਨੇ ਨਾਵਲ ਇਕਾਂਗੀ ਕਹਾਣੀਆਂ ਨਾਟਕ ਅਤੇ ਨਿਵੰਦ ਲਿਖੇ ਨੇ ਜਿਨ੍ਹਾਂ ਕਰਕੇ ਆਪ ਨੂੰ ਬਹੁਤ ਪ੍ਰਸਿੱਧੀ ਹਾਸਲ ਹੋਈ ਅੱਗੇ ਜੀ ਸਫਰ ਇੱਕ ਦੁਨੀਆ ਇੱਕ ਮਹਿਲ ਹੈ ਇਹ ਆਪ ਦਾ ਸਫਰ ਨਾਮ ਹੈ ਅਨਵਿਆਹੀ ਮਾਂ ਅਤੇ ਰੁੱਖਾਂ ਦੀ ਜੀਰਾਂਦ ਆਪ ਦੁਆਰਾ ਰਚਿਤ ਨਾਵਲ ਨੇ ਇਹ ਅਨਵਿਆਹੀ ਮਾਂ ਤੇ ਰੁੱਖਾਂ ਦੀ ਜੀਰਾਂਦ ਸਫਰ ਨਾਮੇ ਬਾਰੇ ਪਹਿਲਾਂ ਦੱਸ ਚੁੱਕੇ ਹਾਂ ਦੁਨੀਆ ਇੱਕ ਮਹਿਲ ਹੈ ਅੱਗੇ ਜੀ ਬੱਚਿਆਂ ਦੇ ਲਈ ਇਹਨਾਂ ਨੇ ਬਾਲ ਸੰਦੇਸ਼ ਨਾਮ ਦਾ ਇੱਕ ਮਾਸਿਕ ਪੱਤਰ ਵੀ ਜਾਰੀ ਕੀਤਾ ਸੀ ਬੱਚਿਆਂ ਦੇ ਲਈ ਇਹ ਬਾਲ ਸੰਦੇਸ਼ ਇਹ ਵੀ ਪ੍ਰਸ਼ਨ ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ ਹੈ ਅੱਗੇ ਗੱਲ ਕਰਦਾ ਜੀ ਇਹਨਾਂ ਦੀਆਂ ਸਵੈ ਜੀਵਨੀਆਂ ਦੇ ਬਾਰੇ ਤੇ ਓਦੋਂ ਪਹਿਲਾਂ ਗੱਲ ਕਰਾਂਗੇ ਆਪਾਂ ਇਹਨਾਂ ਦੀਆਂ ਯਾਦਾਂ ਨੇ ਜੋ ਉਹਦੇ ਵਿੱਚ ਆਉਂਦੀ ਨੇ ਮੇਰੀਆਂ ਅਭੁੱਲ ਯਾਦਾਂ ਤੇ ਚਿੱਠੀਆਂ ਜਿੱਤਾਂ ਦੇ ਨਾਮ ਇਹ ਇਹਨਾਂ ਦੀਆਂ ਯਾਦਾਂ ਨੇ ਤੇ ਸਵੈ ਜੀਵਨੀਆਂ ਜੋ ਇਹਨਾਂ ਦੀ ਮੇਰੀ ਜੀਵਨ ਕਹਾਣੀ ਭਾਗ 1 ਜੋ ਕਿ 1969 ਦੇ ਵਿੱਚ ਲਿਖੀ ਸੀ ਧਿਆਨ ਰੱਖਣਾ ਜੀ ਇਹ ਭਾਗ 1 ਹੈ ਇਹ ਭਾਗ 1 ਕਿਉਂ ਲਿਖਿਆ ਗਿਆ ਵੀਡੀਓ ਦੇ ਵਿੱਚ ਅੱਗੇ ਚਰਚਾ ਕਰਾਂਗੇ ਅਗਲੀ ਸਵੈ ਜੀਵਨੀ ਇਹਨਾਂ ਦੀ ਮੰਜ਼ਿਲ ਦਿਸ ਪਈ 1964 ਈਸਵੀ ਦੇ ਵਿੱਚ ਲਿਖੀ ਸੀ ਤੇ ਤੀਜੀ ਹੈ ਜੀ ਮੇਰੀ ਜੀਵਨ ਕਹਾਣੀ ਭਾਗ 3 ਜੋ ਜਾਂ ਤਿੰਨ ਪਾਇਆ ਹੋਇਆ ਪਿੱਛੇ 1978 ਦੇ ਵਿੱਚ ਲਿਖੀ ਗਈ ਸੀ ਤਹੇ ਨੇ ਇਹਨਾਂ ਦੀਆਂ ਸਵੈ ਜੀਵਨੀਆਂ ਮੇਰੀ ਜੀਵਨ ਕਹਾਣੀ ਇੱਕ ਮੰਜ਼ਿਲ ਦਿਸ ਪਈ ਤੇ ਮੇਰੀ ਜੀਵਨ ਕਹਾਣੀ ਤਿੰਨ ਅੱਗੇ ਗੱਲ ਕਰਦਾਂ ਜੀ ਡਾਕਟਰ ਗੁਰਬਖਸ਼ ਸਿੰਘ ਪ੍ਰੀਤ ਲੜੀ ਜੀ ਦੇ ਬਾਰੇ ਮੇਰੀ ਜੀਵਨ ਕਹਾਣੀ ਤਿੰਨ ਸਵੈ ਜੀਵਨੀ ਇਹਨਾਂ ਦੇ ਮਰਨ ਉਪਰੰਤ ਹੈ ਜੋ ਉਹ ਪ੍ਰਕਾਸ਼ਿਤ ਹੋਈ ਹੈ ਕਿਉਂਕਿ ਜਿਵੇਂ ਕਿ ਆਪਨੇ ਪੜਿਆ ਸੀ ਕਿ 1977 ਦੇ ਵਿੱਚ ajo ਇਹਨਾਂ ਦੀ ਮੌਤ ਹੋ ਗਈ ਸੀ ਤੇ ਇਹ ਜੀਵ ਸਵੈ ਜੀਵਨੀਆਂ ਜੋ 1978 ਦੇ ਵਿੱਚ ਪ੍ਰਕਾਸ਼ਿਤ ਹੋਈ ਹੈ ਤਾਂ ਇਹ ਵੀ ਪ੍ਰਸ਼ਨ ਬਣਦਾ ਹੈ ਕਿ ਮੇਰੀ ਜੀਵਨ ਕਹਾਣੀ ਤਿੰਨ ਸਵੈ ਜੀਵਨੀਆਂ ਜੋ ਉਹ ਮਰਨ ਉਪਰੰਤ ਪ੍ਰਕਾਸ਼ਿਤ ਹੋਈ ਹੈ ਤੇ ਆਪ ਦਾ ਜੋ ਬਿਆਨ ਦਾ ਢੰਗ ਹੈ ਆਪ ਦਾ ਕਹਿਣ ਦਾ ਢੰਗ ਹੈ ਬੜਾ ਪ੍ਰਭਾਵਸ਼ਾਲੀ ਹੈ ਤੇ ਪਾਠਕਾਂ ਨੂੰ ਬੜਾ ਵਧੀਆ ਲੱਗਦਾ ਉਹ ਜੋ ਆਪ ਦੀ ਸ਼ੈਲੀ ਹੈ ਸ਼ੈਲੀ ਹੈ ਜੋ ਲਿਖਣ ਦਾ ਢੰਗ ਹੈ ਆਪ ਦਾ ਉਹ అనుభవ ਹੈ ਅਤੇ ਚੇਹੇ ਨਾਲ ਹੈ ਭਰਪੂਰ ਹੈ ਅੱਗੇ ਸਪੈਸ਼ਲ ਨੋਟ ਹੈ ਜੀ ਇੱਕ ਧਿਆਨ ਦੇਣ ਵਾਲੀ ਗੱਲ ਹੈ ਉਹਰੇ ਤਾਈਓ ਮੈਂ ਸਪੈਸ਼ਲ ਨੋਟ ਲਿਖਿਆ ਇੱਕ ਸਵੈ ਜੀਵਨੀ ਹੈ ਮੇਰੀ ਜੀਵਨ ਕਹਾਣੀ ਉਹ ਜੋ ਮੇਰੀ ਜੀਵਨ ਕਹਾਣੀ ਸਵੈ ਜੀਵਨੀ ਹੈ ਉਹ ਪ੍ਰੋਫੈਸਰ ਸਾਹਿਬ ਸਿੰਘ ਦੀ ਸਵੈ ਜੀਵਨੀ ਹੈ ਕਿਉਂਕਿ ਨਾਮ ਸੇਮ ਨੇ ਮੇਰੀ ਜੀਵਨ ਕਹਾਣੀ ਸਵੈ ਜੀਵਨੀ ਆ ਜੋ ਪ੍ਰੋਫੈਸਰ ਸਾਹਿਬ ਸਿੰਘ ਦੀ ਹੈ ਤੇ ਜਿਹੜੀ ਆਪਾਂ ਨੇ ਗੁਰਬਖਸ਼ ਸਿੰਘ ਪ੍ਰੀਤ ਲੜੀ ਜੀ ਦੀ ਸਵੈ ਜੀਵਨੀ ਦੇ ਬਾਰੇ ਗੱਲ ਕੀਤੀ ਆ ਉਹ ਨਾਮ ਇਹੀ ਆ ਮੇਰੀ ਜੀਵਨ ਕਹਾਣੀ ਉਹਦੇ ਪਿੱਛੇ ਭਾਗ 1 ਪੰਨਾ ਤੇ ਭਾਗ 3 ਪੰਨਾ ਹੈ ਤਾਂ ਜਿਹੜੀਆਂ ਸਵੈ ਜੀਵਨੀਆਂ ਦੇ ਪਿੱਛੇ ਮੇਰੀ ਜੀਵਨ ਕਹਾਣੀ ਭਾਗ 1 ਤੇ ਭਾਗ 3 ਉਹ ਗੁਰਬਖਸ਼ ਸਿੰਘ ਪ੍ਰੀਤ ਲੜੀ ਦੀਆਂ ਨੇ ਜੇਕਰ ਪੇਪਰ ਦੇ ਵਿੱਚ ਤੁਹਾਨੂੰ ਕੁਐਸਚਨ ਪੁੱਛਿਆ ਜਾਂਦਾ ਕਿ ਮੇਰੀ ਜੀਵਨ ਕਹਾਣੀ ਸਵੈ ਜੀਵਨੀ ਕਿਸ ਦੀ ਹੈ ਉਹ ਹੈਗੀ ਆ ਜੀ ਪ੍ਰੋਫੈਸਰ ਸਾਹਿਬ ਸਿੰਘ ਜੀ ਦੀ ਹੈ ਅਗੇ ਦਾ ਸੈਗੇ ਜੀ ਮਨੁੱਖ ਨਾਲ ਮਨੁੱਖ ਦਾ ਮੇਲ ਜ਼ਿੰਦਗੀ ਦੀ ਮਹਾਨ ਘਟਨਾ ਹੁੰਦੀ ਹੈ ਇੱਕ ਅੰਸ਼ ਹੈ ਉਹਨਾਂ ਦੀ ਸਵੈ ਜੀਵਨੀ ਦਾ ਹਿੱਸਾ ਹੈ ਜੀਵਨ ਕਹਾਣੀ 1 ਮਨੁੱਖ ਨਾਲ ਮਨੁੱਖ ਦਾ ਮੇਲ ਜ਼ਿੰਦਗੀ ਦੀ ਮਹਾਨ ਘਟਨਾ ਹੁੰਦੀ ਹੈ ਇਹ ਅੰਸ਼ ਹੈ ਜੋ ਗੁਰਵਖਸ਼ ਸਿੰਘ ਪ੍ਰੀਤਲੜੀ ਦੀ ਸਵੈ ਜੀਵਨੀ ਮੇਰੀ ਜੀਵਨ ਕਹਾਣੀ 1 ਤਾਂ ਜਿੱਥੇ ਵੀ ਤੁਸੀਂ ਇਹਨਾਂ ਦੀਆਂ ਜੀਵਨੀਆਂ ਦੇ ਬਾਰੇ ਪੜ੍ਹਾਂਗੇ ਭਾਗ 1 ਤੇ ਭਾਗ 3 ਜ਼ਰੂਰ ਲਿਖਿਆ ਹੋਊਗਾ ਉੱਥੇ ਉਹਦੇ ਬਾਰੇ ਜਦੋਂ ਚਰਚਾ ਕੀਤੀ ਸੀ ਉਹਨਾਂ ਨੇ ਮੇਰੀ ਜੀਵਨ ਕਹਾਣੀ ਇੱਕ ਦੇ ਵਿੱਚ ਆਪਣੇ ਸਮੇਂ ਦੇ 1895 ਤੋਂ ਲੈ ਕੇ 1924 ਤੱਕ ਦਾ ਜੋ ਸਮਾਂ ਰਿਹਾ ਉਹਦੇ ਬਾਰੇ ਚਰਚਾ ਕੀਤੀ ਗਈ ਇਹਦੇ ਵਿੱਚ ਤਾਂ ਮਨੁੱਖ ਦਾ ਮਨੁੱਖ ਦਾ ਮਨੁੱਖ ਨਾਲ ਮਨੁੱਖ ਦਾ ਮੇਲ ਜ਼ਿੰਦਗੀ ਦੀ ਮਹਾਨ ਘਟਨਾ ਇਸ ਸਵੈ ਜੀਵਨੀਆ ਜੋ ਉਹਨਾਂ ਦੀ ਮੇਰੀ ਜੀਵਨ ਕਹਾਣੀ ਇੱਕ ਦੇ ਵਿੱਚੋਂ ਲਿਆ ਗਿਆ ਜੋ ਅੰਸ਼ ਹੈ ਇਸ ਤੋਂ ਇਲਾਵਾ ਇਸ ਤੋਂ ਬਾਅਦ ਅਨੁਵਾਦ ਨੇ ਇਹਨਾਂ ਦੇ ਏਸ਼ੀਆ ਦਾ ਚੰਨਨ ਐਡਵਿਨ ਆਰਨਲਡ ਸੁਪਨੇ ਆਲਵਰ ਸ੍ਰੀਨਰ ਮਾਂਏ ਗੋਰਕੀ ਘਾਹ ਦੀਆਂ ਪੱਤੀਆਂ ਵਾਲਟ ਵਿਟਮਨ ਤੇ ਮੋਲੀਅਰ ਦੇ ਦੋ ਨਾਟਕ ਹਾਂਜੀ ਇਹ ਸੀ ਪਿਆਰੇ ਵਿਦਿਆਰਥੀਓ ਜਾਣਕਾਰੀ ਗੁਰਵਖਸ਼ ਸਿੰਘ ਪ੍ਰੀਤਲੜੀ ਦੀਆਂ ਜੀਵਨੀ ਸਵੈ ਜੀਵਨੀਆਂ ਦੇ ਬਾਰੇ ਕਹਾਣੀਕਾਰਾਂ ਦੇ ਵਿੱਚ ਵੀ ਤੁਸੀਂ ਇਹਨਾਂ ਨੂੰ ਪੜ ਚੁੱਕੇ ਹੋ ਕਹਾਣੀਕਾਰ ਹੋਗੇ ਨਾਵਲਕਾਰ ਹੋਗੇ ਨਾਟਕਕਾਰ ਹੋਗੇ ਕਵੀ ਹੋਗੇ ਉਹਨਾਂ ਦੇ ਨਾਲ ਸੰਬੰਧਿਤ ਪੂਰੀਏ ਵੀਡੀਓ ਕੰਪਲੀਟ ਦੇ ਵਿੱਚ ਇਸ YouTube ਚੈਨਲ ਦੇ ਉੱਪਰ ਪਹਿਲਾਂ ਤੋਂ ਹੀ ਅਪਲੋਡ ਕੀਤੇ ਜਾਂ ਚੁੱਕੀਆਂ ਨੇ ਜੇਕਰ ਤੁਸੀਂ ਮਾਸਟਰ ਕਾਟਰ ਦੀ ਤਿਆਰੀ ਕਰ ਰਹੇ ਹੋ ਜਾਂ ਹੋਰ ਕਿਸੇ ਪੰਜਾਬੀ ਸਕਰੀਨਿੰਗ ਟੈਸਟ ਦੀ ਤਿਆਰੀ ਕਰ ਰਹੇ ਹੋ ਤਾਂ ਇਸ ਚੈਨਲ ਤੇ ਜੋ ਵੀਡੀਓ ਅਪਲੋਡ ਕੀਤੀਆਂ ਗਈਆਂ ਨੇ ਤੁਹਾਡੇ ਵਾਸਤੇ ਬਹੁਤ ਹੀ ਲਾਹੇਵੰਦ ਸਾਬਿਤ ਹੋਣਗੀਆਂ ਜੇਕਰ ਤੁਸੀਂ ਚੈਨਲ ਦੇ ਨਾਲ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਦੋਸਤਾਂ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਲਾਈਕ ਵੀ ਕਰੋ